ਅਸੀਂ ਕੈਪਟਨ ਮਨਿੰਦਰ ਸਿੰਘ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਵੀ ਪਤਾ ਸਾਡੀ ਜ਼ਿੰਦਗੀ ਬਹੁਤ ਕੀਮਤੀ ਆ, ਸਾਡੇ ਬੱਚਿਆਂ ਦੀ ਜ਼ਿੰਦਗੀ ਕੀਮਤੀ ਆ, ਅਸੀਂ ਘਰਾਂ 'ਚੋਂ ਨਹੀਂ ਨਿਕਲਦੇ ਗੇ, ਘਰਾਂ 'ਚੋਂ ਮਜਬੂਰੀ ਕਾਰਨ ਨਿਕਲਣਾ ਪੈਂਦਾ ਸਾਨੂੰ ਕਿ ਸਾਡੇ ਘਰਾਂ 'ਚ ਰਾਸ਼ਨ ਹੈ ਨਹੀਂ ਗਾ। ਆਹ ਦੇਖੋ ਨਿੱਕਾ ਜਿਹਾ ਬੱਚਾ 2 ਦਿਨ ਤੋਂ ਰੋਟੀ ਨਹੀਂ ਖਾਧੀ, ਇਹਨੇ ਜਿਹੜੇ ਸਾਡੇ ਡਾਂਗਾ ਮਾਰਨ ਨੂੰ ਖੜਾਏ ਉਹਨਾਂ ਦੀ ਡਿਊਟੀ ਲਾ ਦਿਓ। ਜੇ ਤੁਹਾਨੂੰ ਰਾਜ ਨਹੀਂ ਕਰਨਾ ਆਉਂਦਾ ਕੇਜਰੀਵਾਲ ਤੋਂ ਸਿੱਖ ਲਓ, ਉਹਨੇ ਵੀ ਤਾਂ ਟੀਮਾਂ ਬਣਾਈਆਂ ਹੀ ਆ। ਆਹ ਜਿਹੜੇ ਡਾਂਗਾ ਮਾਰਨ ਨੂੰ ਖੜਾਏ ਆ ਉਹਨੇ ਟੀਮਾਂ ਬਣਾ ਕੇ ਘਰਾਂ 'ਚ ਰਾਸ਼ਨ, ਘਰਾਂ 'ਚ ਸੈਨੇਟਾਈਜ਼ਰ, ਦਵਾਈਆਂ, ਘਰਾਂ 'ਚ ਸਪਰੇਹਾਂ ਕਰਨ ਭੇਜੇ ਆ, ਘਰਾਂ 'ਚ ਹੋਰ ਕੀ ਪੈਨਸ਼ਨਾਂ ਵੀ ਦੇ ਕੇ ਆਉਂਦੇ ਉਹ। ਅਸੀਂ ਤੋਂ ਪੈਨਸ਼ਨਾਂ ਨਹੀਂ ਮੰਗਦੇ, ਅਸੀਂ ਤੋਂ ਪੈਸੇ ਨਹੀਂ ਮੰਗਦੇ, ਪੈਸੇ ਸਾਥੋਂ ਲੈ ਜਾਓ, ਪਰ ਸਾਨੂੰ ਬੇਨਤੀ ਕਰਕੇ ਰਾਸ਼ਨ ਪਹੁੰਚਾ ਦਿਓ। ਇਹ ਟੀ ਵੀ 'ਤੇ ਗੱਲਾਂ ਕਰਨ ਨਾਲ ਸਾਡੇ ਢਿੱਡ ਨਹੀਂ ਭਰਨੇ। ਤੁਸੀਂ ਕਹਿੰਦੇ 1500 ਕਰੋੜ ਰੁਪਈਆ ਭੇਜਤਾ, ਤੁਸੀਂ ਕਹਿੰਦੇ ਘਰਾਂ 'ਚ ਰਾਸ਼ਨ ਭੇਜਾਂਗੇ, ਉਹ ਟੀ ਵੀ 'ਤੇ ਹੀ ਗੱਲਾਂ ਰਹਿ ਜਾਂਦੀਆਂ, ਸਾਡੇ ਕੋਲ ਤਾਂ ਕੁਛ ਆਇਆ ਨਾ। ਇਹ ਪਤਾ ਨਹੀਂ ਕਿ ਤੁਸੀਂ ਖਾਈ ਜਾਂਦੇ ਆ, ਇਹ ਪਤਾ ਨਹੀਂ ਕਿ ਤੁਹਾਡੇ ਥੱਲਿਓਂ ਖਾਈ ਜਾਂਦੇ ਆ, ਸਾਨੂੰ ਕੁਛ ਪਤਾ ਨਹੀਂ ਆ। ਸਾਡੀਆਂ ਗੱਲਾਂ ਨਾਲ ਢਿੱਡ ਨਹੀਂ ਭਰਨਾ ਗਾ, ਨਹੀਂ ਤਾਂ ਮਜਬੂਰ ਨਾ ਸਾਨੂੰ ਸੜਕਾਂ 'ਤੇ ਨਿਕਲਣਾ ਪਊਗਾ। ਬੇਨਤੀ ਕਰਦੇ ਹਾਂ ਕਿ ਸਾਡੇ ਘਰਾਂ 'ਚ ਰਾਸ਼ਨ ਪਹੁੰਚਾਓ, ਦੁਕਾਨਾਂ 'ਤੇ ਜਿਹੜੇ ਦੁਕਾਨਾਂ ਬੰਦ ਆ। ਜੇ ਅਸੀਂ MC ਨੂੰ ਜਾਂ ਕਿਸੇ ਨੂੰ ਫੋਨ ਕਰਦੇ ਉਹ ਕਹਿੰਦੇ ਤੁਸੀਂ ਭੁੱਖ ਨਾਲ ਨਹੀਂ ਮਰਦੇ, ਬਿਮਾਰੀ ਨਾਲ ਮਰੋਗੇ। ਦੱਸੋ ਬਿਮਾਰੀ, ਅਸੀਂ ਤਾਂ ਕਹਿੰਦੇ ਬਿਮਾਰੀ ਲੱਗ ਜਾਏ ਇਦੋਂ, ਜਦੋਂ ਭੁੱਖ ਸਾਤੋਂ ਬਰਦਾਸ਼ਤ ਨਹੀਂ ਹੋ ਰਹੀਗੀ, ਕਿੱਧਰ ਜਾਈਏ ਅਸੀਂ, ਭੁੱਖੇ ਮਰ ਜਾਂਗੇ, ਬੱਚਿਆਂ ਨੂੰ ਕਿੱਥੋਂ ਭੁੱਖੇ ਮਾਰ ਲਈਏ। ਇਹ ਬੇਨਤੀ ਆ ਸਾਡੀ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਛੇਤੀ ਤੋਂ ਛੇਤੀ ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਓ।